ਸਤਿ ਸ਼੍ਰੀ ਅਕਾਲ ਮੈਂ ਜਸਵਿੰਦਰ ਪਾਲ ਜਨਸ਼ਾਨ ਪੰਜਾਬੀ ਤੁਹਾਡਾ ਸਵਾਗਤ ਹੈ ਅਤੇ ਆਪਾਂ ਗੱਲ ਕਰਦੇ ਹਾਂ ਬਟਾਲਾ ਵਿੱਚ। ਬਟਾਲਾ ਵਿੱਚ ਪਿਛਲੇ ਕਾਫੀ ਸਮੇਂ ਤੋਂ ਚੋਰਾਂ ਦੀ ਦਹਿਸ਼ਤ ਨਜ਼ਰ ਆ ਰਹੀ ਹੈ। ਦਹਿਸ਼ਤ ਵੀ ਲੋਕਾਂ 'ਚ ਫੈਲੀ ਹੋਈ ਹੈ, ਲੋਕ ਘਬਰਾ ਰਹੇ ਨੇ ਕਿਉਂਕਿ ਚੋਰ ਮਨ ਮਰਜ਼ੀ ਨਾਲ ਚੋਰੀ ਕਰਦੇ ਨੇ ਅਤੇ ਪੁਲਿਸ ਸਿਰਫ ਹੱਥ ਪਿੱਟਦੀ ਰਹਿ ਜਾਂਦੀ ਹੈ। ਪਰੰਤੂ ਡੀ ਐੱਸ ਪੀ ਲਲਿਤ ਕੁਮਾਰ ਨੇ ਮੀਡੀਆ ਸਾਹਮਣੇ ਇੱਕ ਦਾਅਵਾ ਜ਼ਰੂਰ ਕੀਤਾ ਕਿ ਉਹਨਾਂ ਨੇ ਇੱਕ ਚੋਰ ਨੂੰ ਕਾਬੂ ਕੀਤਾ ਜਿਸਦਾ ਨਾਮ ਲਾਲੀ ਮਸੀਹ ਦੱਸਿਆ ਜਾ ਰਿਹਾ। ਲਾਲੀ ਮਸੀਹ 'ਤੇ ਕਈ ਮਾਮਲੇ ਹੋਰ ਵੀ ਦਰਜ ਹੋਣ ਦੀ ਅਤੇ ਹੋਰ ਵੀ ਕਈ ਮਾਮਲੇ ਖੁਲਾਸਾ ਹੋਣ ਦੀ ਸੰਭਾਵਨਾ ਜਤਾਈ ਹੈ। ਲਲਿਤ ਕੁਮਾਰ ਡੀ ਐੱਸ ਪੀ ਦਾ ਕਹਿਣਾ ਕੁਛ ਇਸ ਤਰ੍ਹਾਂ। 14-15 ਦੀ ਦਰਮਿਆਨੀ ਰਾਤ ਨੂੰ ਰਾਜੇਸ਼ ਕੁਮਾਰ ਸਾਨੂੰ ਪ੍ਰੇਮ ਕੁਮਾਰ ਵਾਸੀ ਧਰਮਪੁਰਾ ਕਲੋਨੀ ਦੇ ਘਰੋਂ ਚੋਰੀ ਹੋਈ ਸੀ। ਸੋਨਾ ਨੀਅਰ ਅਬਾਉਟ 12-13 ਤੋਲੇ ਸੋਨਾ ਚੋਰੀ ਹੋਇਆ ਸੀ ਜੀ। ਉਹਦੀ ਸੀ ਸੀ ਟੀ ਵੀ ਕੈਮਰੇ ਫੁਟੇਜ ਦੇ ਆਧਾਰ 'ਤੇ ਲਾਲੀ ਸਾਨੂੰ ਯੂਸ ਮਸੀਹ ਵਾਸੀ ਈਸਾ ਨਗਰ ਗ੍ਰਿਫਤਾਰ ਕੀਤਾ ਗਿਆ, ਜਿਹਦੇ ਘਰੋਂ ਜਿਹੜਾ ਸੋਨਾ ਚੋਰੀ ਹੋਇਆ ਸੀ ਬਰਾਮਦ ਕੀਤਾ ਗਿਆ। ਇਹਨੇ ਕੰਨ ਟੱਪ ਕੇ ਆਇਆ ਜੋ ਉਹਦੇ ਪੁੱਛਗਿੱਛ ਕੀਤੀ ਜਾਂ ਸੀ ਸੀ ਕੈਮਰੇ ਫੁਟੇਜ ਕੰਨ ਟੱਪ ਕੇ ਪਿਛਲੇ ਪਾਸੇ ਹੋਇਆ ਤਾਂ ਮਾਰੀ ਤੋੜ ਕੇ ਕੀਤਾ ਜਾਏਗਾ। ਇੱਥੇ ਪਹਿਲਾਂ ਇਹਦੇ 5 ਮੁਕਰਮੇ ਦਰਜ ਨੇ ਜੀ। ਪਰਚਾ ਦਰਜ ਸੀ ਜੀ ਇੱਥੇ, ਅਰੈਸਟ ਪਾਈ ਗਈ ਜੀ।